ਸਤਿ ਸ਼੍ਰੀ ਅਕਾਲ ਸ਼ਾਹ ਕਿਤਾਬ ਕਰਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਅੱਜ ਅਸੀਂ ਉਹ ਕਿਤਾਬਾਂ ਲੈ ਕੇ ਆਏ ਆ ਜੋ ਪੰਜਾਬ ਵਿੱਚ ਇਸ ਸਮੇਂ ਚੱਲ ਰਹੇ ਹਾਲਾਤ ਨੇ ਯਾਨੀ ਕਿ ਹੜ੍ਹਾਂ ਦੇ ਹਾਲਾਤ ਪਾਣੀ ਦੇ ਹਾਲਾਤ ਪੈਸੇ ਪੰਜਾਬ ਵਿੱਚ ਪਾਣੀ ਨਾਲ ਬਹੁਤ ਨੁਕਸਾਨ ਹੋ ਚੁੱਕਿਆ ਤੇ ਹੋ ਵੀ ਰਿਹਾ ਬਹੁਤੇ ਘਰ ਬੇਕਾਰ ਹੋ ਗਏ ਤੇ ਟੁੱਟ ਭੱਜ ਬਹੁਤ ਹੋ ਗਈ ਆਲਾ ਦਵਾਲਾ ਫਸਲਾਂ ਪਸ਼ੂਆਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਲੋਕਾਂ ਦਾ ਪਰਿਵਾਰ ਦਾ ਨੁਕਸਾਨ ਬਹੁਤੇ ਥਾਵਾਂ ਤੇ ਤਾਂ ਮੌਤਾਂ ਵੀ ਹੋ ਚੁੱਕੀਆਂ ਨੇ ਸੋ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਤੁਹਾਡੇ ਲਈ ਦੋ ਕਿਤਾਬਾਂ ਲੈ ਕੇ ਆਏ ਹਾਂ ਜੋ ਆਸਾਨੀ ਨਾਲ ਮਿਲ ਜਾਂਦੀਆਂ ਤੇ ਪਾਣੀ ਨੂੰ ਲੈ ਕੇ ਵੈਸੇ ਹੋਰ ਕਿਤਾਬਾਂ ਵੀ ਹੈਗੀਆਂ ਪਰ ਸਾਡੇ ਕੋਲੇ ਸਿਰਫ ਦੋ ਹੀ ਸੀ ਤੇ ਇਹ ਦੋ ਬਿਹਤਰੀਨ ਕਿਤਾਬਾਂ ਜਿਨ੍ਹਾਂ ਤੋਂ ਆਪਾਂ ਜਿਹੜੇ ਕਾਨੂੰਨ ਬਣੇ ਨੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਗੈਰ ਸਵਿਧਾਨਿਕ ਲੁੱਟ ਜਿਹੜੀ ਹੋ ਰਹੀ ਆ ਉਹਨਾਂ ਤੇ ਜਿਹੜੇ ਕਾਨੂੰਨ ਬਣੇ ਨੇ ਉਹ ਇਨ੍ਹਾਂ ਕਿਤਾਬਾਂ 'ਚ ਔਰ ਉਹਨਾਂ ਦਾ ਇਤਿਹਾਸਕ ਪਿਸ਼ੋਕੜ ਔਰ ਉਹਨਾਂ ਪਾਣੀਆਂ ਨੂੰ ਕਿਹੜੇ-ਕਿਹੜੇ ਰਾਜਾਂ 'ਚ ਜਾਂਦਾ ਕਿਵੇਂ ਜਾਂਦਾ ਕਿਉਂ ਜਾਂਦਾ ਕਿੱਥੋਂ ਆਉਂਦਾ ਤੇ ਉਹਨਾਂ ਪੰਜਾਬ ਦੇ ਉਹਦੇ ਕੀ ਹੱਕ ਨੇ ਜਿਵੇਂ ਨਾ ਮੈਂ ਇੱਕ ਵਾਰੀ ਮੈਨੂੰ ਵੀ ਲੱਗਦਾ ਮੈਨੂੰ ਵੀ ਇਹ ਗੱਲ ਸੀ ਮੇਰੇ ਮਨ 'ਚ ਕਿ ਜਿਹੜਾ ਪਾਣੀ ਆ ਉਹ ਕੁਦਰਤੀ ਆ ਤੇ ਉਹਦਾ ਸਾਰੇ ਸਾਰਿਆਂ ਤੇ ਬਰਾਬਰ ਦਾ ਹੱਕ ਆ ਭਾਵੇਂ ਉਹ ਰਾਜਸਥਾਨ 'ਚ ਆ ਭਾਵੇਂ ਹਰਿਆਣਾ 'ਚ ਤੇ ਭਾਵੇਂ ਪੰਜਾਬ 'ਚ ਪਰ ਮਸਲਾ ਇਹ ਆ ਵੀ ਜਿਹੜਾ ਇਲਾਕਾ ਇਹ ਮੈਨੂੰ ਬਾਅਦ 'ਚ ਗਿਆਨ ਹੋਇਆ ਵੀ ਜਿਹੜਾ ਇਲਾਕਾ ਉਹਦੀ ਮਾਰ ਜਾਦੇ ਚੱਲਦਾ ਮਤਲਬ ਕਿ ਨੁਕਸਾਨ ਵੀ ਉਹ ਚੱਲਦਾ ਜਿਹੜਾ ਇਲਾਕਾ ਜਿੱਥੇ ਮਾਲੀ ਨੁਕਸਾਨ ਵੀ ਹੁੰਦਾ ਜਾਨੀ ਨੁਕਸਾਨ ਵੀ ਹੁੰਦਾ ਤਾਂ ਉਹਦੇ ਕੁਝ ਹੱਕ ਜ਼ਿਆਦਾ ਹੁੰਦੇ ਨੇ ਕਾਨੂੰਨ ਮੁਤਾਬਕ ਜ਼ਿਆਦਾ ਹੱਕ ਹੁੰਦੇ ਨੇ ਤੇ ਇਹ ਗੱਲ ਸਹੀ ਵੀ ਆ ਤੇ ਜਿਹੜਾ ਇਲਾਕਾ ਪਾਣੀ ਦਾ ਜ਼ਿਆਦਾ ਨੁਕਸਾਨ ਸਹਿੰਦਾ ਤਬਾਹੀ ਵੀ ਸਹਿੰਦਾ ਉਹਨੂੰ ਹੱਕ ਦੇਣੇ ਵੀ ਬੰਦੇ ਨੇ ਹਨਾ ਤਾਂ ਉਹਨਾਂ ਨੂੰ ਸਮਝਣ ਲਈ ਇਹ ਦੋ ਕਿਤਾਬਾਂ ਆਪਣੇ ਕੋਲ ਨੇ ਤੇ ਆਸਾਨੀ ਨਾਲ ਮਿਲ ਜਾਂਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਇਹਦੇ ਵਿੱਚ ਦੂਜੇ ਰਾਜਾਂ ਨਾਲ ਇਨਸਾਫ ਤੋਂ ਪਹਿਲਾਂ ਪਾਣੀਆਂ ਦੇ ਮਾਲਕ ਪੰਜਾਬ ਨਾਲ ਇਨਸਾਫ ਹੋਵੇ ਇਦਾਂ ਦੇ ਕੁਝ ਟੌਪਿਕ ਨੇ ਬਹੁਤ ਹੀ ਸ਼ਾਨਦਾਰ ਟੌਪਿਕ ਨੇ ਤੇ ਇਹ ਜੋ ਕਿਤਾਬ ਤੁਹਾਨੂੰ ਮੈਂ ਪਹਿਲੇ ਦਿਖਾਉਣ ਜਾ ਰਿਹਾ ਹਾਂ ਇਹ ਕਿਤਾਬ ਹੀ ਹੈ ਇਹ ਤੁਸੀਂ ਜਿਵੇਂ ਜਿਹੜੇ ਜਿਹੜੇ ਸਮਝਦੇ ਨੇ ਕਿ ਪਾਣੀਆਂ ਤੇ ਕਿਵੇਂ ਅਧਿਕਾਰ ਹੋਣੇ ਚਾਹੀਦੇ ਨੇ ਪੰਜਾਬ ਦੇ ਪਾਣੀਆਂ ਦਾ ਕਵੇਂ ਹੱਕ ਆ ਪੰਜਾਬ ਦਾ ਤਾਂ ਉਹ ਇਹ ਕਿਤਾਬ ਪੜ ਲੇ ਸੋ ਇਹ ਕਿਤਾਬ ਦੇ ਵਿੱਚ ਇਹ ਸੰਪਾਦਕੀ ਤੇ ਜਸਵਿੰਦਰ ਸਿੰਘ ਵਿਦੇਸ਼ਾ ਤੇ ਕੁਲਵਿੰਦਰ ਸਿੰਘ ਮੱਲੀ ਹਰਜੀਤ ਸਿੰਘ ਗੱਲ ਤੇ ਰਿਸ਼ਪਾਰ ਸਿੰਘ ਧਮਾਲ ਇਹਦੇ ਵਿੱਚ ਵੱਖਰੇ ਵੱਖਰੇ ਮੁੱਦਿਆਂ ਨੂੰ ਲੈ ਕੇ ਜਿਵੇਂ ਕਿ ਜਿਵੇਂ ਕਿ ਰਿਪੀਰੀਅਨ ਰਿਪੀਰੀਅਨ ਲਾ ਜਿਹੜਾ ਔਰ ਵੈਸ਼ਨ ਸ਼ਬਦ ਇਹ ਇਹਦੇ ਬਾਰੇ ਗੱਲਾਂ ਕਿ ਇਹਦੇ ਬਾਰੇ ਗੱਲ ਹੁੰਦੀ ਹੈ ਪੰਜਾਬ ਦੇ ਲੁੱਟੇ ਜਾਂਦੇ ਪਾਣੀ ਤੱਥਾਂ ਦੀ ਜਵਾਨੀ ਉਹਦੇ ਬਾਰੇ ਬਹੁਤ ਸਾਰੇ ਨੇ ਕੀ ਹੁੰਦਾ ਹੈ ਪੰਜਾਬ ਦਾ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਠੀਕ ਹੈ ਜੀ ਅਖਬਾਰ ਵਿੱਚੋਂ ਨਹਿਰੀ ਪਾਣੀ ਸਾਰੀਆਂ ਗੱਲਾਂ ਹੀ ਕੀਤੀਆਂ ਗਈਆਂ ਨੇ ਇਹਦੇ ਵਿੱਚ ਇਹਦਾ ਮੈਂ ਜਿਹੜੀ ਸੂਚੀ ਆ ਤਤਕਰੇ ਦੀ ਉਹ ਮੈਂ ਵੀਡੀਓ ਦੇ ਵਿੱਚ ਪਾ ਦਾਂਗਾ ਔਰ ਇਸਦਾ ਮੁੱਲ 400 ਰੁਪਏ ਹੈ ਤੇ ਇਹ ਤੁਸੀਂ ਸਾਤੋਂ ਮੋਬਾਈਲ ਤੇ ਮਤਲਬ ਫੋਨ ਤੇ ਸਾਨੂੰ ਮੈਸੇਜ ਕਰਕੇ ਮੰਗਵਾ ਸਕਦੇ ਹੋ ਪਾਣੀਆਂ ਦੇ ਮੁੱਦਿਆਂ ਨੂੰ ਸਮਝਣ ਲਈ ਬਹੁਤ ਲਾਹੇਵੰਦ ਕਿਤਾਬ ਹੈ ਇਹ ਤੇ ਦੂਸਰੀ ਕਿਤਾਬ ਵਾਈਟ ਕਰੋ ਪਬਲਿਕੇਸ਼ਨ ਨੇ ਛਾਪੀ ਹੋਈ ਆ ਪਾਣੀਆਂ ਦੀ ਗਾਥਾ ਇਹ ਕਿਤਾਬ ਪਾਲ ਸਿੰਘ ਢਿੱਲੋਂ ਨੇ ਮਤਲਬ ਮੇਰੇ ਸਾਹਬ ਨੇ ਅੰਗਰੇਜ਼ੀ ਦੇ ਵਿੱਚ ਕੀਤੀ ਹੋਈ ਹੈ ਤੇ ਇਹਦਾ ਅਨੁਵਾਦ ਹਰਜੋਤ ਬਾਈ ਨੇ ਤੇ ਪਿਆਰਾ ਲਾਲ ਗਰਗ ਨੇ ਸੰਪਾਦਕ ਕੀਤੀ ਹੋਈ ਕਿਤਾਬ ਹੈ ਇਹਦੇ ਵਿੱਚ ਵੀ ਪਾਣੀਆਂ ਦੀ ਬੰਡ ਉਹਦਾ ਇਤਿਹਾਸਕ ਪਿਛੋਕੜ ਔਰ ਵਿਵਾਦ ਦਾ ਮੁੱਦਾ ਕਮੇਰੀਆ ਕੇਂਦਰ ਸਰਕਾਰ ਦਾ ਮਾਰਚ 1976 ਦਾ ਹੁਕਮ ਦਸੰਬਰ 2 1981 ਦਾ ਸਮਝੌਤਾ ਹੱਕਾਂ ਉਤੇ ਮੁੜ ਡਾਕਾ ਤੇ ਕਾਫੀ ਮੁੱਦੇ ਬਾਰੇ ਵਧੀਆ ਗੱਲ ਕੀਤੀ ਗਈ ਹੈ ਤੇ ਚਾਹੇ ਮੈਂ ਪੜੀ ਨਹੀਂ ਆ ਉਹਦੇ ਚੋਂ ਮੈਂ ਇੱਕ ਦੋ ਲੇਖ ਪੜ ਚੁੱਕਿਆ ਸੋ ਇਹ ਦੋ ਕਿਤਾਬਾਂ ਤੁਸੀਂ ਘਰ ਬੈਠੇ ਮੰਗਾ ਸਕਦੇ ਹੋ ਇਹਦਾ ਮੁੱਲ 300 ਰੁਪਏ ਹੈ 299 ਰੁਪਏ ਤੁਸੀਂ ਬਿਨਾਂ ਡਾਕ ਖਰਚੇ ਤੋਂ ਸਾਡੇ ਤੋਂ ਮੰਗਵਾ ਸਕਦੇ ਹੋ ਤੇ ਜੇ ਤੁਸੀਂ YouTube ਤੋਂ ਆਰਡਰ ਕਰੋਗੇ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਇਹਦੇ ਵਿੱਚ ਕਰ ਦਿੱਤਾ ਜਾਊਗਾ ਡਾਕ ਖਰਚਾ ਤੁਹਾਡੇ ਤੋਂ ਨਹੀਂ ਲਿਆ ਜਾਵੇਗਾ ਇਹ ਦੋ ਕਿਤਾਬਾਂ ਪਾਣੀਆਂ ਦੇ ਮੁੱਦਿਆਂ ਨੂੰ ਸਮਝਣ ਲਈ ਪੰਜਾਬ ਦਾ ਪਾਣੀਆਂ ਤੇ ਕਿਵੇਂ ਹੱਕ ਹੈ ਉਹਨੂੰ ਸਮਝਣ ਲਈ ਵੈਸੇ ਨੇਚਰਲੀ ਤੌਰ ਤੇ ਤਾਂ ਆਪਾਂ ਸਮਝ ਹੀ ਚੁੱਕੇ ਆ ਕਿ ਜੋ ਮਾਰ ਖਾਂਦਾ ਜਿਹੜਾ ਇਲਾਕਾ ਉਹਨੂੰ ਪਾਣੀਆਂ ਦਾ ਹੱਕ ਵੱਧ ਦਿੱਤਾ ਜਾਂਦਾ ਸੋ ਉਹਨੂੰ ਉਹਦੇ ਕਾਨੂੰਨੀ ਹੱਕ ਵੀ ਸਮਝਣ ਲਈ ਕਿਤਾਬ ਜੋ ਪੜਨ ਦੀ ਇੱਛਾ ਨੇ ਉਹ ਪੜ ਸਕਦੇ ਨੇ ਇੱਕ ਕਿਤਾਬ ਬਹੁਤ ਲਾਹੇਮੰਦ ਆ ਇਹ ਵੀ ਕਿਤਾਬ ਲਾਹੇਮੰਦ ਆ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਇਹਨਾਂ ਦਾ ਤਤਕਰਾ ਔਰ ਇਹਨਾਂ ਦੀਆਂ ਤਸਵੀਰਾਂ ਤੁਹਾਨੂੰ ਮੈਂ ਇਹਦੇ ਵੀਡੀਓ ਦੇ ਵਿੱਚ ਵੀ ਪਾ ਦਾਂਗਾ ਸੋ ਅੱਜ ਦਾ ਇਹੀ ਵੀਡੀਓ ਆ ਸਾਡੀ ਤੇ ਉਸ ਤੋਂ ਬਾਅਦ ਅਸੀਂ ਹੋਰ ਕਿਤਾਬਾਂ ਦੀ ਵੀਡੀਓ ਲੈ ਕੇ ਆਵਾਂਗੇ ਪਰ ਮੈਨੂੰ ਲੱਗਦਾ ਸੀਗਾ ਵੀ ਜੋ ਚੱਲ ਰਹੇ ਹਾਲਾਤ ਨੇ ਉਹਨਾਂ ਬਾਰੇ ਹੀ ਆਪਾਂ ਕਿਤਾਬਾਂ ਦੀ ਵੀਡੀਓ ਪਾਈਏ ਤੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਤੇ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਵੀਡੀਓ ਸ਼ੇਅਰ ਵੀ ਕਰਦੇ ਆ ਕਰਿਓ ਤੇ ਤਾਂ ਜੋ ਹੋਰ ਬੰਦੇ ਵੀ ਦੇਖ ਸਕਣ ਆਪਣੀਆਂ ਵੀਡੀਓ ਹੁਣ ਅਸੀਂ ਕਿਤਾਬਾਂ ਦੀ ਵੀਡੀਓ ਲਗਾਤਾਰ ਪਾਵਾਂਗੇ ਆਉਣ ਵਾਲੇ ਸਮੇਂ ਵਿੱਚ ਹੁਣ ਅਸੀਂ ਰੋਜ਼ ਦੀ ਰੋਜ਼ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਥ ਬਣਿਆ ਰਵੇ ਸਾਰਿਆਂ ਦਾ ਧੰਨਵਾਦ ਔਰ ਪੰਜਾਬ ਵਿੱਚ ਹੋਏ ਨੁਕਸਾਨ ਦਾ ਵਾਹਿਗੁਰੂ ਭਲਾ ਕਰੇ ਤੇ ਔਰ ਬਹੁਤਾ ਨੁਕਸਾਨ ਨਾ ਹੋਵੇ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਤੇ ਜਿੰਨਾ ਹੋ ਸਕੇ ਉਹਨਾਂ ਲੋਕਾਂ ਦਾ ਸਾਥ ਦੇਈਏ ਜੋ ਮਾਰ ਝੱਲ ਰਹੇ ਨੇ ਤੇ ਸਾਡੇ ਪਿੰਡੋਂ ਵੀ ਲੈ ਕੇ ਗਏ ਨੇ ਨੌਜਵਾਨ ਸਮਾਨ ਤੇ ਸਾਰੇ ਦਿਸਬੰਧ ਕੱਢੋ ਆਪਣਾ ਆਪਣਾ ਉੱਥੋਂ ਦੇ ਲੋਕਾਂ ਦੀ ਹੈਲਪ ਕਰੋ ਤੇ ਸੋ ਇਹ ਦੋ ਕਿਤਾਬਾਂ ਨੇ ਤੇ ਇਹਨਾਂ ਨੂੰ ਪੜ੍ਹ ਕੇ ਤੁਸੀਂ ਕਾਨੂੰਨ ਦੇ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ਾਹ ਕਿਤਾਬ ਘਰ ਵੱਲੋਂ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ